ਨਮਸਕਾਰ ਦੂਰਦਰਸ਼ਨ ਖਬਰਾਂ ਚ ਆਪ ਸਭ ਦਾ ਸਵਾਗਤ ਮੈਂ ਅਜਤਿੰਦਰ ਸਿੰਘ ਪਹਿਲਾਂ ਪੇਸ਼ ਨੇ ਝੋਣਮੀਆਂ ਖਬਰਾਂ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਨਮਾਨ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯਾਦਗਾਰੀ ਸਿੱਕਾ ਤੇ ਡਾਕ ਟਿਕਟ ਕੀਤਾ ਜਾਰੀ ਕਿਹਾ ਕਿ ਸਾਂਝੀ ਵਾਲਤਾ ਦੇ ਸੁਨੇਹੇ ਤੇ ਚੱਲਦੇ ਆਂ ਸਰਕਾਰ ਮਨੁੱਖਤਾ ਦੀ ਭਲਾਈ ਲਈ ਹਰ ਸੰਭਵ ਯਤਨ ਕਰ ਰਹੀ ਏ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਪੰਜਾਬ ਵਿੱਚ ਅੱਜ 5ਵੇਂ ਦਿਨ ਵੀ ਬਲਾਕ ਪੱਧਰ ਤੇ ਕਈ ਸਿਹਤ ਮੇਲਿਆਂ ਦਾ ਆਯੋਜਨ ਵਾਤਾਵਰਣ ਬਚਾਉਣ ਅਤੇ ਜ਼ਮੀਨ ਤੇ ਹਰਿਆਲੀ ਵਧਾਉਣ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਮਨਾਇਆ ਗਿਆ ਧਰਤੀ ਦਿਵਸ ਦੇਸੀਮਾ ਸੁਰੱਖਿਆ ਬਲ ਦੇ 506 ਜਵਾਨ ਖੜਕਾਂ ਸिखਲਾਈ ਕੇਂਦਰ ਵਿਖੇ ਸਖਤ ਸਖਲਾਈ ਮਗਰੋਂ ਹੋਏ ਪਾਸ ਆਉ ਤੇ ਹੁਣ ਖਬਰਾਂ ਵਿਸਥਾਰ ਨਾਲ ਹਿੰਦ ਦੀ ਚਾਦਰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸੰਬੰਧੀ ਬੀਤੀ ਰਾਤ ਲਾਲ ਕਿਲਾ ਕੰਪਲੈਕਸ ਵਿੱਚ ਇੱਕ ਅਲੌਕਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਾਲ ਪ੍ਰਾਚੀਨ ਸਮਾਗਮ ਨੂੰ ਸੰਬੋਧਨ ਕਰਦੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਸਾਡਾ ਦੇਸ਼ ਆਪਣੇ ਗੁਰੂਆਂ ਦੇ ਆਦਰਸ਼ਾਂ ਤੇ ਪੂਰੀ ਸ਼ਰਧਾ ਨਾਲ ਅੱਗੇ ਵਧ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇਸ਼ ਦੀ ਭਿੰਨਤਾ ਵਿੱਚ ਏਕਤਾ ਦਾ ਪ੍ਰਤੀਕ ਹੈ ਅਤੇ ਇਸ ਦੇ ਸਾਂਝੀ ਵਾਲਤਾ ਦੇ ਸੁਨੇਹੇ ਨੂੰ ਮੁੱਖ ਰੱਖ ਕੇ ਕੇਂਦਰ ਸਰਕਾਰ ਮਨੁੱਖਤਾ ਦੀ ਭਲਾਈ ਵਾਸਤੇ ਹਰ ਸੰਭਵ ਯਤਨ ਕਰ ਰਹੀ ਹੈ। ਇਹ ਭਾਰਤ ਭੂਮੀ ਸਿਰਫ ਇੱਕ ਦੇਸ਼ ਨਹੀਂ ਹੈ ਬਲਕਿ हमारी महान विरासत है महान परंपरा है इसे हमारे ऋषियों मुनियों गुरुओं ने सैकड़ों हजारों सालों की तपस्या से सींचा है उसके विचारों से समृद्ध किया है इसी परंपरा के सम्मान के लिए उसकी पहचान की रक्षा के लिए दसों गुरुओं ने अपना जीवन समर्पित कर दिया था इसलिए साथियों सैकड़ों काल की गुलामी से मुक्ति को भारत की आजादी को भारत की आध्यात्मिक और सांस्कृतिक यात्रा से अलग करके नहीं देखा जा सकता ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਸਾਰੇ ਸਿੱਖ ਗੁਰੂਤਮਾਂ ਨੂੰ ਜੋੜਨ ਵਾਸਤੇ ਇੱਕ ਸਿੱਖ ਸਰਕਟ ਤੇ ਕੰਮ ਕਰ ਰਹੀ ਹੈ ਉਹਨਾਂ ਦੱਸਿਆ ਕਿ ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਨੂੰ ਸੁਖਾਲਾ ਬਣਾਉਣ ਵਾਸਤੇ ਰੋਪਵੇ ਦਾ ਕੰਮ ਵੀ ਚੱਲ ਰਿਹਾ ਹੈ ਮੈਂ ਆਪਣੀ ਸਰਕਾਰ ਦਾ ਸੌਭਾਗ્ય ਮੰਨਤਾ ਹੂੰ ਕਿ ਉਸੇ ਗੁਰੂਆਂ ਦੀ ਸੇਵਾ ਲਈ ਇਤਨਾ ਕੁਝ ਕਰਨੇ ਦਾ ਔਸਰ ਮਿਲ ਰਹਾ ਹੈ ਪਿਛਲੇ ਵਰਸ਼ ਹੀ ਸਾਡੀ ਸਰਕਾਰ ਨੇ साहिब जादों के महान बलिदान की स्मृति में 26 दिसंबर को वीर बाल दिवस मनाने का निर्णय किया है सिख परंपरा के तीर्थों को जोड़ने के लिए भी हमारी सरकार निरंतर प्रयास कर रही है जिस करतारपुर साहब कॉरिडोर की दशकों से प्रतीक्षा की जा रही थी उसका निर्माण करके हमारी सरकार ने गुरु सेवा के लिए अपनी प्रतिबद्धता दिखाई है हमारी सरकार ने पटना साहब समेत गुरु गोविंद सिंह से जुड़े स्थानों पर रेल सुविधाओं का आधुनिकरण भी किया है इस तो पहला नौमी पातशाही श्री गुरु तेग बहादुर जी के सम्मान वजों प्रधानमंत्री नरेंद्र मोदी ने 400 रुपए का एक यादगारी सिक्का ਤੇ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤਾ ਕਰਤਾ ਕੋਲਕ ਨਿਰਪਉ ਨਿਰਵੈ ਅਕਾਰ ਨੂਰਤ ਅਜੁਲੀ ਸਭ ਗੁਰਪਰਸਾਦ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਖਤ ਸ਼੍ਰੀ ਪਟਨਾ ਸਾਹਿਬ ਤੇ ਹੋਰਨਾਂ ਧਾਰਮਿਕ ਸੰਸਥਾਵਾਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਹਰਜੋਤ ਸਿੰਘ ਬੈਂਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸ਼੍ਰੀ ਦਰਬਾਰ ਸਾਹਿਬ ਦਾ ਪ੍ਰਤੀਰੂਪ ਭੇਟ ਕੀਤਾ ਇਹ ਦੋ ਦਿਨਾਂ ਸਮਾਗਮ ਭਾਰਤ ਸਰਕਾਰ ਦੇ ਸੱਭਿਆਚਾਰ ਮੰਤਰਾਲਾ ਵੱਲੋਂ ਆਜ਼ਾਦੀ ਕਾ ਅਮ੍ਰਿਤ ਮਹਾਉਤਸਵ ਦੀ ਲੜੀ ਵਜੋਂ ਆਯੋਜਿਤ ਕੀਤਾ ਗਿਆ ਸੀ ਅਤੇ ਇਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਿੱਖਿਆਵਾਂ ਨੂੰ ਦਰਸਾਉਣ ਤੇ ਕੇਂਦ੍ਰਿਤ ਸੀ ਇਸ ਦੌਰਾਨ ਭਾਰਤ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਲਾਲ ਕਿਲੇ ਤੇ ਕਰਵਾਏ ਗਏ ਦੋ ਦਿਨਾਂ ਸਮਾਗਮ ਦੀ ਸਿੱਖ ਭਾਈਚਾਰੇ ਨੇ ਸ਼ਲਾਘਾ ਕੀਤੀ ਹੈ ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਸਥਿਤ ਗੁਰਦੁਆਰਾ ਸ਼੍ਰੀ ਨੌਵੀਂ ਪਾਤਸ਼ਾਹੀ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ ਨੇ ਕਿਹਾ ਕਿ ਭਾਰਤ ਸਰਕਾਰ ਦਾ ਇਹ ਇੱਕ ਵਧੀਆ ਉਪਰਾਲਾ ਰਿਹਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਇਹ ਸਮਾਗਮ ਆਪ ਉਸ ਲਾਲ ਕਿਲੇ ਦੇਤੇ ਉਲਿਖਿਆ ਜਿੱਥੇ ਕਿ ਉਸ ਲਾਲ ਕਿਲੇ ਤੋਂ ਕਦੀ ਔਰੰਗਜ਼ੇਬ ਨੇ ਗੁਰਤੇਗ ਬਾਲ ਸਾਹਿਬ ਦੀ ਸ਼ਾਦਤ ਦਾ ਫਰਮਾਨ ਜਾਰੀ ਕੀਤਾ ਸੀ ਅੱਜ ਉਸੇ ਹੀ ਲਾਲ ਕਿਲੇ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਗੁਰਤੇਗ ਬਾਲ ਸਾਹਿਬ ਦੀ ਜੈਜੈਕਾਰ ਕਰਨਗੇ ਉਹਨਾਂ ਦੇ ਸਬੰਧ ਵਿੱਚ ਜੋ ਇਹ ਸਮਾਗਮ ਰੱਖਿਆ ਗਿਆ ਸੀ ਭਾਰਤ ਸਰਕਾਰ ਦਾ ਪੂਰੇ ਗੁਰਨਾਨਕ ਨਾਮ ਲੈ ਹੋ ਸੰਗਤਾਂ ਵੱਲੋਂ ਇੱਥੋਂ ਦੀ ਪ੍ਰਬੰਧਕ ਕਮਿਟੀ ਵੱਲੋਂ ਸੰਗਤਾਂ ਵੱਲੋਂ ਧੰਨਵਾਦ ਕਰਦੇ ਹਾਂ ਔਰ ਅਸੀਂ ਅਰਦਾਸ ਕਰਦੇ ਹਾਂ ਕਿ ਇਸ ਦੇਸ਼ ਦੇ ਜਿਨ੍ਹਾਂ ਲੋਕਾਂ ਨੂੰ ਅੱਜ ਤੱਕ ਨਹੀਂ ਪਤਾ ਲੱਗਾ ਸਤਗੁਰ ਸੱਚੇ ਪਾਤਸ਼ਾਹ ਦੀ ਸ਼ਹਾਦਤ ਕਿੰਨਾ ਗਾਰਨਾ ਕਰਕੇ ਹੋਈ ਸੀ ਗੁਰਤੇਗ ਬਾਦਸਬ ਮਾਨਵਤਾ ਤੇ ਸਭ ਤੋਂ ਵੱਡੇ ਮੁੱਦੇ ਸਨ ਜਿਨ੍ਹਾਂ ਨੂੰ ਮਨੁੱਖੀ ਹੱਕਾਂ ਦੀ ਰਾਖੀ ਕਰਨ ਆਪਣਾ ਦਿੱਲੀ ਦੇ ਵਿੱਚ ਸੀਸ ਕੁਰਬਾਨ ਕੀਤਾ ਆਯੂਸ਼ਮਾਨ ਭਾਰਤ ਯੋਜਨਾ ਤਹਿਤ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੀ ਲੜੀ ਵਿੱਚ ਪੰਜਾਬ ਵਿੱਚ ਵਕਫ ਵਕਫ ਥਾਂ ਹੀ ਅੱਜ ਪੰਜਵੇਂ ਦਿਨ ਵੀ ਬਲੈਕ ਪੱਦਰ ਤੇ ਸਿਹਤ ਮੇਲਿਆਂ ਦਾ ਆਯੋਜਨ ਕੀਤਾ ਗਿਆ ਬਠਿੰਡਾ ਜ਼ਿਲ੍ਹੇ ਦੇ ਗੋਨੇਆਣਾ ਮੰਡੀ ਸਥਿਤ ਸਿਵਲ ਹਸਪਤਾਲ ਵਿੱਚ ਅੱਜ ਇੱਕ ਬਲੌਕ ਪਧਰੀ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਅਨਿਲ ਗੋਇਲ ਨੇ ਦੱਸਿਆ ਕਿ ਹੈਲਥ ਮੇਲੇ ਵਿੱਚ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰਾਂ ਦੀਆਂ ਟੀਮਾਂ ਨੇ ਵੱਡੀ ਗਿਣਤੀ ਵਿੱਚ ਪੁੱਜੇ ਲੋਕਾਂ ਦਾ ਮੁਫਤ ਇਲਾਜ ਕੀਤਾ ਉਹਨਾਂ ਕਿਹਾ ਕਿ ਕਰੀਬ 100 ਵਿਅਕਤੀਆਂ ਨੂੰ ਐਨਕਾਂ 15 ਔਰਤਾਂ ਨੂੰ ਦੰਦਾਂ ਦੇ ਪੀੜ व्हीਲਚੇਅਰ ਤੁਰਨ ਲਈ ਖੁੰਡੀਆਂ ਅਤੇ 25 ਔਰਤਾਂ ਨੂੰ ਸਿਹਤਮੰਦ ਖੁਰਾਕ ਸਬੰਧੀ ਥੈਲੀਆਂ ਮੁਫਤ ਵੰਡੀਆਂ ਗਈਆਂ ਇਸ ਦੌਰਾਨ ਮਰੀਜ਼ਾਂ ਦੇ ਐਕਸ-ਰੇ ਤੇ ECG ਵੀ ਕੀਤੇ ਗਏ ਤੇ ਦਵਾਈਆਂ ਮੁਫਤ ਦਿੱਤੀਆਂ ਗਈਆਂ ਵੱਖ-ਵੱਖ ਵਿਭਾਗਾਂ ਨੇ ਕੈਂਪ ਲਗਾ ਕੇ ਆਪਣੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਇਸ ਤੋਂ ਇਲਾਵਾ ਅੰਗਹੀਣਾ ਦੇ ਕਾਰਡ ਬਣਾਏ ਗਏ ਅਤੇ ਬਜ਼ੁਰਗਾਂ ਦੇ ਪੈਨਸ਼ਨ ਕਾਰਡ ਪ੍ਰਦਾਨ ਕੀਤੇ ਇਸ ਦੌਰਾਨ ਆਜ਼ਾਦੀ ਕਾਮਰੇਤ ਮਾਹੌਤ ਸਭ ਸਮਾਗਮ ਦੀ ਲੜੀ ਵਿੱਚ ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹੇ ਦੇ ਲੰਬੀ ਵਿਖੇ ਸਰਕਾਰੀ ਹਸਪਤਾਲ ਵਿੱਚ ਸਿਹਤ ਵਿਭਾਗ ਵੱਲੋਂ ਬਲਾਕ ਪਧਰੀ ਸਿਹਤ ਮੇਲਾ ਲਗਾਇਆ ਗਿਆ ਲੰਬੀ ਤੋਂ ਵਿਧਾਨਕਾਰ ਗੁਰਮੀਤ ਸਿੰਘ ਖੁੱਡੀਆਂ ਨੇ ਮੇਲੇ ਦੀ ਪ੍ਰਧਾਨਗੀ ਕੀਤੀ ਸਿਵਲ ਸਰਜਨ ਡਾਕਟਰ ਰੰਜੂ ਸਿੰਘਲਾ ਨੇ ਦੱਸਿਆ ਕਿ ਸਿਹਤ ਮੇਲੇ ਵਿੱਚ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰਾਂ ਨੇ ਲੋਕਾਂ ਦੀ ਸਿਹਤ ਦੀ ਜਾਂਚ ਮੁਫਤ ਕੀਤੀ ਅਤੇ ਜ਼ਰੂਰਤਮੰਦਾਂ ਦੇ ਟੈਸਟ ਤੇ ਐਕਸ-ਰੇ ਕਰਨਮਗਰੋਂ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਜ਼ਰੂਰਤਮੰਦ ਲਾਪਾਤਰੀਆਂ ਦੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਗਏ ਅਤੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਖੂਨਦਾਨ ਕੀਤਾ। ਮੇਲੇ ਵਿੱਚ ਪੋਸ਼ਣ ਅਭਿਆਨ ਫਿਟ ਇੰਡੀਆ ਅਤੇ 108 ਐਂਬੂਲੈਂਸ ਸੇਵਾ ਦੇ ਸਟਾਲ ਵੀ ਲਗਾਏ ਗਏ ਤੇ ਲੋਕਾਂ ਨੂੰ ਸਿਹਤ ਸਹੂਲਤਾ ਸਬੰਧੀ ਜਾਣਕਾਰੀ ਦਿੱਤੀ ਗਈ। ਦੂਜੇ ਪਾਸੇ ਮਾਨਸਾ ਜ਼ਿਲ੍ਹੇ ਦੇ ਬੁੱਢਲਾਡਾ ਵਿਖੇ ਵਲਾਕ ਪਦਰੀ ਸਿਹਤ ਮੇਲਾ ਆਜ਼ਾਦੀ ਦਾ ਅਮ੍ਰਿਤ ਮਹੋਤਸਵ ਦੀ ਲੜੀ ਤਹਿਤ ਸਬਡਿਵੀਜ਼ਨ ਹਸਪਤਾਲ ਵਿੱਚ ਲਗਾਇਆ ਗਿਆ। ਸਿਵਲ ਸਰਜਨ ਡਾਕਟਰ ਹਰਜਿੰਦਰ ਸਿੰਘ ਨੇ ਇਸ ਮੇਲੇ ਦਾ ਉਦਘਾਟਨ ਕੀਤਾ। ਇਸ ਮੇਲੇ ਵਿੱਚ ਤਕਰੀਬਨ 1000 ਮਰੀਜ਼ਾਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾਈ ਅਤੇ ਵੱਖ-ਵੱਖ ਰੋਗਾਂ ਦੇ ਮਾਹਰ ਡਾਕਟਰਾਂ ਨੇ ਇਨ੍ਹਾਂ ਮਰੀਜ਼ਾਂ ਦੀ ਜਾਂਚ ਕੀਤੀ। ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ ਸੀਨੀਅਰ ਮੈਡੀਕਲ ਅਫਸਰ ਡਾਕਟਰ ਗੁਰਚੇਤਨ ਪ੍ਰਕਾਸ਼ ਨੇ ਕਿਹਾ ਕਿ ਇਹ ਮੇਲਾ ਸਿਰਫ ਅੱਜ ਦਾ ਨਹੀਂ ਬਲਕਿ ਜਿਹੜਾ ਵਿਅਕਤੀ ਇਲਾਜ ਕਰਵਾਉਣ ਆਇਆ ਏ ਉਸ ਦਾ ਪੂਰਾ ਇਲਾਜ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਅੱਜ ਧਰਤੀ ਦੇ ਵਸੇ ਇਹ ਦਿਨ ਲੋਕਾਂ ਨੂੰ ਵਾਤਾਵਰਣ ਬਚਾਉਣ ਅਤੇ ਜ਼ਮੀਨ ਤੇ ਹਰਿਆਲੀ ਵਧਾਉਣ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਮਨਾਇਆ ਜਾਂਦਾ ਹੈ ਇਸ ਮੌਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਕਈ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ ਵਾਤਾਵਰਣ ਪ੍ਰੇਮੀ ਪਦਮਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਹਰ ਮਨੁੱਖ ਨੂੰ ਵਾਤਾਵਰਣ ਦੀ ਰੱਖਿਆ ਕਰਨ ਵਿੱਚ ਜੁਟਣ ਦੀ ਸਲਾਹ ਦਿੰਦੇ ਨੇ ਇੱਕ ਰਿਪੋਰਟ ਪਦਮਸ਼ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੁਤਾਬਕ ਅੱਜ ਹਵਾ ਪਾਣੀ ਤੇ ਧਰਤੀ ਤਿੰਨਾਂ ਤੇ ਬਣਿਆ ਸੰਕਟ ਵੱਡੀ ਚਿੰਤਾ ਦਾ ਵਿਸ਼ਾ ਹੈ ਅੱਜ ਵਿਸ਼ਾ ਜਿਹੜਾ ਹੈ ਉਹ ਉਹਦੇ ਵਿੱਚ ਵਾਤਾਵਰਣ ਦਾ ਜਿਹੜਾ ਹੈ ਹਵਾ ਪਾਣੀ ਤੇ ਧਰਤੀ ਇਹ ਤਿੰਨਾਂ ਦੇ ਜਿਹੜੇ ਤਿੰਨਾਂ ਦੇ ਉੱਤੇ ਸੰਕਟ ਆ ਵਾਤਾਵਰਣ ਪੋਲੂਸ਼ਨ ਪਲੂਟ ਹੋ ਰਿਹਾ ਸਾਡਾ ਟੈਂਪਰੇਚਰ ਫਧ ਰਿਹਾ ਤੇ ਜਿਹੜੀ ਪਾਣੀ ਆ ਉਹ ਪ੍ਰਦੂਸ਼ਿਤ ਹੋ ਰਿਹਾ ਤੇ ਜਿਹੜੇ ਪਾਣੀ ਮੁੱਕ ਵੀ ਰਹੇ ਆ ਪਾਣੀ ਸੁੱਕ ਵੀ ਰਹੇ ਆ ਸੋ ਅੱਜ ਇਹ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਪੰਜਾਬ ਦੇ ਵਿੱਚ ਤੀਸਰੀ ਲੇਅਰ ਦਾ ਪਾਣੀ ਅਸੀਂ ਪੀ ਰਹੇ ਤੇ ਸਾਡੀ ਜਿਹੜੀ ਸਦੀਆਂ ਤੋਂ ਜਿਹੜੀ ਸਾਡੀ ਸਟੋਰੇ ਸੀ ਜਾਂ ਕਹਿ ਲਓ ਕਿ ਫਿਕਸ ਸਾਡਾ ਡਿਪੋਜ਼ਿਟ ਸੀ ਉਹ ਅਸੀਂ ਜਿਹੜਾ ਹੈਗਾ ਖਤਮ ਕਰ ਰਹੇ ਆ ਤੇ 17 ਸਾਲ ਤੋਂ ਮਗਰੋਂ ਅਸੀਂ ਪਾਣੀ ਕਿੱਥੋਂ ਪੀਣਾ ਖੇਤੀਬਾੜੀ ਕਰਨੀ ਸਾਡਾ ਸਾਡਾ ਇਹ ਜਿਹੜਾ 33% ਜੰਗਲ ਚਾਹੀਦਾ ਉਹ 5% ਦੇ ਕਰੀਬ ਉਹ ਇਸੇ ਕਿਦਾਂ ਵਧਾਉਣਾ ਇਹ ਸਾਰੀ ਕਿਉਂਕਿ ਜੰਗਲ ਜਿਹੜਾ ਹੈ ਦਰਾਖਤ ਦਾ ਇਹ ਦੇਵਤੇ ਆ ਸਾਖਸਤ ਇਹ ਇਹ ਸ਼ਿੰਗਾਰ ਆ ਧਰਤੀ ਮਾਂ ਦਾ ਧਰਤੀ ਨੂੰ ਆਪਣੀ ਮਾਂ ਮੁਤਾਬਕ ਹੀ ਸਨਮਾਨ ਦੇਣਾ ਚਾਹੀਦਾ ਏ ਇਹ ਮੰਨਣਾ ਏ ਪਦਮਸ਼ਰੀ ਸੰਤ ਬਾਬਾ ਸੀਚੇਵਾਲ ਦਾ ਮਹਿਸੂਸ ਕਰੀਏ ਵੀ ਧਰਤੀ ਸਾਡੀ ਮਾਂ ਹੈ ਤੇ ਜੋ ਬਿਹੇਵ ਇੱਕ ਸੌ ਪੁੱਤ ਦਾ ਆਪਣੀ ਮਾਂ ਦੇ ਨਾਲ ਉਹ ਕਰਦਾ ਕਰਨਾ ਚਾਹੀਦਾ ਉਹ ਬਿਹੇਵ ਮਨੁੱਖ ਨੂੰ ਉਸ ਧਰਤੀ ਮਾਂ ਨਾਲ ਕਰਨਾ ਚਾਹੀਦਾ ਤੇ ਪਾਣੀ ਨੂੰ ਪਿਤਾ ਕਿਹਾ ਤੇ ਹਵਾ ਨੂੰ ਗੁਰੂ ਕਿਹਾ ਪਾਸ਼ਾ ਨੇ ਤੇ ਇਹ ਇਹ ਆਦਰ ਸਤਕਾਰ ਸਨਮਾਨ ਅਸ ਇਸ এনवायरमेंट ਨੂੰ ਦਈਏ ਤੇ ਖੇਲੇ ਸਗਲ ਜਗਤ ਸਾਰਾ ਸੰਸਾਰ ਸੁਖੀ ਬਣ ਸਕਦਾ ਮੌਜੂਦਾ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਵਿਖਾਈ ਰਹੀ ਚੱਲਣ ਦੀ ਸਲਾਹ ਉਹ ਸਾਰਿਆਂ ਨੂੰ ਦਿੰਦੇ ਨੇ ਜੇ ਇਹ ਸੰਕਟ ਦੇ ਵਿੱਚੋਂ ਅਸੀਂ ਨਿਕਲਣਾ ਇਹ ਤੇ ਉਹ ਗੁਰੂ ਨਾਨਕ ਪਾਸਾ ਦੇ ਬਚਨ ਜਿਹੜੇ ਹੈਗੇ ਆ ਕਿ ਦੇਖ ਜੋ ਹਵਾ ਪਾਣੀ ਧਰਤੀ ਇਹ ਇਹ ਅਸਲ ਜਿਹੜੇ ਹੈਗੇ ਆ ਸਾਡੇ ਸਤਕਾਰਤਾ ਜੇ ਸਾਫ਼ ਸੁਥਰੇ ਰਹਿਣਗੇ ਅਸੀਂ ਵੀ ਤੰਦਰੁਸਤ ਰਾਵਾਂਗੇ ਸਾਡੇ ਜਿਹੜੇ ਬੱਚੇ ਵੀ ਸਾਡਾ ਭੁੱਖ ਵੀ ਇਸ ਰੱਖੇ ਤੇ ਰਹੂਗਾ ਆਓ ਸਾਰੇ ਰਲ ਕੇ ਅਸੀਂ ਵੱਧ ਤੋਂ ਵੱਧ ਬੂਟੇ ਲਾਈਏ ਹਵਾ ਪਾਣੀ ਤੇ ਧਰਤੀ ਨੂੰ ਜਿਸ ਤਰ੍ਹਾਂ ਬਚਾ ਸਕਦੇ ਆ ਅੱਗਾ ਨਾ ਲਈਏ ਜਿਸ ਤਰ੍ਹਾਂ ਹੁਣ ਨੂੰ ਕਣਕ ਦਾ ਸੀਜ਼ਨ ਆ ਫਿਰ ਅਸੀਂ ਝੋਨੇ ਨੂੰ ਉਹੋ ਜੀ ਬਜਾਈ ਕਰੀਏ ਜਿਸ ਦੇ ਨਾਲ ਸਾਡਾ ਪਾਣੀ ਵੀ ਬਚੇ ਤੇ ਧਰਤੀ ਦੀ ਉਪਜਾਊ ਸ਼ਕਤੀ ਦੇ ਉੱਤੇ ਜ਼ਖ਼ਮ ਨਾ ਛੜਕੀਏ ਅਸੀਂ ਕੁਦਰਤੀ ਖੇਤੀ ਕਰੀਏ ਗੁਰੂ ਨਾਨਕ ਬਾਸਾ ਨੇ ਜੋ ਸਾਨੂੰ ਰਾਹ ਦੋਤੇ ਤੁਰਿਆ ਉਸ ਰਾਹ ਤੇ ਚੱਲੀਏ ਯਕੀਨਨ ਅੱਜ ਸਮੇਂ ਦੀ ਮੰਗ ਇਹੀ ਹੈ ਕਿ ਸਮਾਜ ਦੇ ਹਰ ਵਿਅਕਤੀ ਦਾ ਹੱਥ ਆਪਣੀ ਧਰਤੀ ਮਾਂ ਨੂੰ ਬਚਾਉਣ ਵੱਲ ਵਧੇ ਤਾਂ ਜੋ ਸਾਡੀ ਪੁਰਾਣੀ ਕੁਦਰਤੀ ਵਿਰਾਸਤ ਵੀ ਸੰਭਲੀ ਰਹੇ ਤੇ ਭਵਿੱਖ ਲਈ ਵੀ ਹਰੀਆਵਲ ਪੈਦਾ ਹੋਵੇ ਸ਼ਿਸ਼ੂ ਸ਼ਰਮਾ ਸ਼ਾਂਤਲ ਦੂਰਦਰਸ਼ਨ ਸਮਾਚਾਰ ਜਲੰਧਰ ਮੋਗਾ ਜ਼ਿਲ੍ਹੇ ਦੇ ਸਮੂਹ ਮਾਲ ਅਫਸਰਾਂ ਨੇ ਮਾਲ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਮੋਗਾ ਤਹਿਸੀਲ ਫਰਦ ਕੇਂਦਰ ਅਤੇ ਸੇਵਾ ਕੇਂਦਰ ਦੀ ਅਚੰਚੇਤ ਚੈਕਿੰਗ ਦੌਰਾਨ ਤਹਿਸੀਲਦਾਰ ਅਤੇ ਉਪ ਮੰਡਲ ਮੈਜਿਸਟ੍ਰੇਟ ਦੇ ਚਰਿੱਤਰ ਹਨਨ ਦੀ ਕੋਸ਼ਿਸ਼ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਆਪਣੇ ਇੱਕ ਮੰਗ ਪੱਤਰ ਵਿੱਚ ਮਾਲ ਅਫਸਰਾਂ ਨੇ ਕਿਹਾ ਕਿ ਸਰਕਾਰ ਦੀ ਇਹ ਪਹਿਲ ਕਦਮੀ ਸਵਾਗਤਯੋਗ ਹੈ ਪਰ ਜਨਤਕ ਤੌਰ ਤੇ ਅਧਿਕਾਰੀਆਂ ਨੂੰ ਕੁਝ ਕਹਿਣਾ ਨਿੰਦਣਯੋਗ ਹੈ ਆਪਣੇ ਪੱਤਰ ਵਿੱਚ ਅਧਿਕਾਰੀਆਂ ਨੇ ਇਹ ਸਾਰੀ ਗੱਲ ਮੁੱਖ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਅਜਈਆਂ ਘਟਨਾਵਾਂ ਤੇ ਰੋਕ ਲੱਗ ਸਕੇ ਅਤੇ ਮਾਲ ਅਫਸਰਾਂ ਨੂੰ ਬਾਈਕਾਟ ਵਰਗਾ ਕੋਈ ਕਦਮ ਨਾ ਚੁੱਕਣਾ ਪਵੇ। ਹੁਸ਼ਿਆਰਪੁਰ ਲਾਗੇ ਖੜਕਾ ਸਥਿਤ ਸੀਮਾ ਸੁਰੱਖਿਆ ਬਲ ਦੇ ਸਿਖਲਾਈ ਕੇਂਦਰ ਵਿੱਚ ਨਵੇਂ ਜਵਾਨਾਂ ਦਾ ਪਾਸਿੰਗ ਆਊਟ ਪਰੇਡ ਅਤੇ ਸੌਚਕ ਸਮਾਗਮ ਅੱਜ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੌਰਾਨ 506 ਜਵਾਨ ਪਾਸ ਆਊਟ ਹੋਏ। ਸੀਮਾ ਸੁਰੱਖਿਆ ਬਲ ਵਿਸ਼ੇਸ਼ ਡਾਇਰੈਕਟਰ ਜਨਰਲ ਹੈੱਡਕੁਆਰਟਰ ਪੱਛਮੀ ਕਮਾਂਡ ਚੰਡੀਗੜ੍ਹ ਵਿੱਚ ਵਧੀਕ ਡਾਇਰੈਕਟਰ ਜਨਰਲ ਪੀ ਵੀ ਰਾਮਾ ਸ਼ਾਸਤਰੀ ਨੇ ਪ੍ਰੇਡ ਦਾ ਦਰਖਣ ਕੀਤਾ ਅਤੇ ਸਲਾਮੀ ਲਈ। ਉਹਨਾਂ ਵੱਖ-ਵੱਖ ਇੰਡੋਰ ਅਤੇ ਆਊਟਡੋਰ ਵਿਸ਼ਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਵੇਂ ਜਵਾਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪੀ ਵੀ ਰਾਮਾ ਸ਼ਾਸਤਰੀ ਨੇ ਪ੍ਰੇਡ ਦੌਰਾਨ ਜਵਾਨਾਂ ਦੇ ਭਰੋਸੇ, ਕੌਸ਼ਲ ਅਤੇ ਤਾਲਮੇਲ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਪ੍ਰੇਡ ਮਗਰੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਸੂਬਿਆਂ ਦੇ ਜਵਾਨਾਂ ਨੇ ਆਪਣੇ ਲੋਕ ਨਾਚਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਦੇਸ਼ ਭਗਤੀ ਦੇ ਗੀਤਾਂ ਤੇ ਸਮੂਹਿਕ ਡਾਂਸ ਨੇ ਮੌਜੂਦ ਲੋਕਾਂ ਦਾ ਦਿਲ ਜਿੱਤ ਲਿਆ ਸਮਾਗਮ ਵਿੱਚ ਬਲ ਦੇ ਇਨਸਪੈਕਟਰ ਜਨਰਲ ਆਸੀਫ ਜਲਾਲ ਅਤੇ ਸਿਖਲਾਈ ਕਮਾਂਡੈਂਟ ਐਸਐਸ ਮੰਡ ਸਮੇਤ ਹੋਰ ਅਧਿਕਾਰੀ ਮੌਜੂਦ ਸਨ ਅਮਰੀਕਾ ਦੇ ਚਾਰ ਸੈਨੇਟਰ ਤੇ ਇੱਕ ਪ੍ਰਤੀਨਿਧੀ ਕਾਂਗਰਸਮੈਨ ਨੇ ਅੱਜ ਅੰਮ੍ਰਿਤਸਰ ਵਿੱਚ ਸ਼੍ਰੀ ਦਰਬਾਰ ਸਾਹਿਬ ਵਿਖੇ ਨਾਤਮਸਤਕ ਹੋ ਕੇ ਸ਼ਰਦਾਦਾ ਪ੍ਰਗਟਾਵਾ ਕੀਤਾ। ਇਹਨਾਂ ਵਿੱਚ ਨਿਊਯਾਰਕ ਦੀ ਸੈਨੇਟਰ ਕ੍ਰਿਸਟਨ ਗਿਲੀਬ੍ਰਾਂਡ, ਨਿਊਜਰਸੀ ਦੇ ਸੈਨੇਟਰ ਕੋਰੀ ਬੁਕਰ, ਰੋਡ ਆਇਲੈਂਡ ਦੇ ਸੈਨੇਟਰ ਸ਼ੈਡਨ ਵਾਈਟਹਾ우스, 애રિਜ਼ੋਨਾ ਦੇ ਸੈਨੇਟਰ ਮਾਰਕ ਕੇਲੀ ਅਤੇ ਪ੍ਰਤੀਨਿਧੀ ਕਾਂਗਰਸਮੈਨ ਮੈਂਡਰ ਜੋਨਸ ਸ਼ਾਮਲ ਸਨ। ਇਹਨਾਂ ਸੈਨੇਟਰਾਂ ਦੇ ਕੁਝ ਮੈਂਬਰ ਅਤੇ ਦਿੱਲੀ ਸਥਿਤ ਅਮਰੀਕੀ ਦੂਤ ਘਰ ਦੇ ਅਧਿਕਾਰੀ ਵੀ ਉਹਨਾਂ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਨਾਤਮਸਤਕ ਹੋਏ। ਇਹ ਸਾਰੇ ਲੰਗਰ ਸ੍ਰੀ ਗੁਰੂ ਰਾਮਦਾਸ ਵਿਖੇ ਵੀ ਗਏ ਅਤੇ ਲੰਗਰ ਦੀ ਮਰਿਆਦਾ ਸੰਬੰਧੀ ਜਾਣਕਾਰੀ ਹਾਸਲ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਸਰਉਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਅੰਬੇਦਕਰ ਆਇਟ ਲੀਗਲ ਫੋਰਮ ਵੱਲੋਂ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਦੇ ਜਨਮ ਦਿਹਾੜੇ ਸਬੰਧੀ ਜਲੰਧਰ ਵਿੱਚ ਅੱਜ ਇੱਕ ਇੰਟੈਲੈਕਚੁਅਲ ਮੀਟ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾਕਟਰ ਐਸ ਕਰੋਨਾ ਰਾਜੂ ਨੇ ਲੋਕਾਂ ਖਾਸ ਤੌਰ ਤੇ ਨੌਜਵਾਨਾਂ ਨੂੰ ਡਾਕਟਰ ਅੰਬੇਦਕਰ ਦੀ ਸੋਚ ਨਾਲ ਜੁੜ ਕੇ ਆਦਰਸ਼ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਸੰਵਿਧਾਨ ਦੀ ਰਚਨਾ ਕਰਕੇ ਦੇਸ਼ ਦੀ ਨੀ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਿਸ ਨਾਲ ਸਮਾਜ ਦੇ ਕਮਜ਼ੋਰ ਪਛੜੇ ਅਤੇ ਦਬੇ ਕੁਚਲੇ ਲੋਕਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਡਾਕਟਰ ਰਾਜੂ ਨੇ ਕਿਹਾ ਕਿ ਅਜੋਕੇ ਭਾਰਤ ਦੇ ਨਿਰਮਾਣ ਵਿੱਚ ਡਾਕਟਰ ਅੰਬੇਦਕਰ ਦੇ ਯੋਗਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਫੋਰਮ ਦੇ ਪ੍ਰਧਾਨ ਐਡਵੋਕੇਟ ਪ੍ਰੇਤਪਾਲ ਸਿੰਘ ਸਮੇਤ ਕਈ ਹੋਰ ਪਤਵੰਤੇ ਇਸ ਮੌਕੇ ਹਾਜ਼ਰ ਸਨ ਖਣਨ ਵਿਭਾਗ ਦੇ ਪ੍ਰਿੰਸੀਪਲ ਕਤਰ 크੍ਰਿਸ਼ਨ ਕੁਮਾਰ ਨੇ ਮੁਹਾਲੀ ਤੇ ਰੂਪਨਗਰ ਦੇ ਖਣਨ ਅਧਿਕਾਰੀ ਵਿਪਨ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ ਆਪਣੇ ਹੁਕਮ ਵਿੱਚ ਉਹਨਾਂ ਕਿਹਾ ਕਿ ਇਸ ਦੌਰਾਨ ਉਹਨਾਂ ਦਾ ਹੈੱਡਕੁਆਰਟਰ ਚੰਡੀਗੜ੍ਹ ਚੀਫ ਇੰਜੀਨੀਅਰਿੰਗ ਵਿੱਚ ਦਫ਼ਤਰ ਰਹੇਗਾ ਪੰਜਾਬ ਸਰਕਾਰ ਨੇ ਇਹ ਕਾਰਵਾਈ ਰੂਪਨਗਰ ਜ਼ਿਲ੍ਹੇ ਵਿੱਚ ਗੈਰਕਾਨੂੰਨੀ ਖਣਨ ਦੇ ਚੱਲਦਿਆਂ ਕੀਤੀ ਹੈ ਜ਼ਿਲ੍ਹੇ ਦੇ ਖੇੜਾ, ਕਲਮੋਟ, ਖਿੱਤੇ ਦੇ ਸਾਰੇ ਕ੍ਰੈਸ਼ਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਖਬਰਾਂ ਦੇ ਬ੍ਰਿਟਨ ਸਾਡੇ ਦਰਸ਼ਕ ਆਰ ਐਨ ਯੂ ਡੀ ਡੀ ਕੇ ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਵੇਖ ਸਕਦੇ ਨੇ ਇਸ ਦੇ ਨਾਲ ਹੀ ਸਾਡਾ ਖਬਰਾਂ ਦਾ ਆਏ ਬ੍ਰਿਟਨ ਸਮਾਪਤ ਹੁੰਦਾ ਹੈ ਮੈਂ ਸਟੂਡੀਓ ਤੋਂ ਬਾਹਰ ਜਾਣ ਲੱਗੇ ਮਾਸਕ ਪੈਣ ਕੇ ਜਾ ਰਿਹਾ ਹਾਂ ਤੁਸੀਂ ਵੀ ਬਾਹਰ ਜਾਣ ਲੱਗੇ ਮਾਸਕ ਜ਼ਰੂਰ ਪੈਨੋ ਇਜਾਜ਼ਤ ਦਿਓ ਨਮਸਕਾਰ